ਤੇ ਆਜੋ ਗੱਲਬਾਤ ਕਰਦੇ ਆ ਬਾਪੂ ਨਾਲ ਤੇ ਘੋੜੀਆਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਪਹਿਲਾਂ ਤੇ ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਤੇ ਬਾਈ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਬਾਪੂ ਜੀ ਤੁਹਾਡਾ ਸਵਾਗਤ ਆਪਣੇ ਚੈਨਲ ਤੇ। ਤੇ ਬਾਪੂ ਜੀ ਮੰਡੀ ਕਦੋਂ ਆਏ ਜੀ? ਅਸੀਂ 12 ਦੇ ਆਏ ਆ ਜੀ। ਅੱਛਾ, 12 ਤਰੀਕ ਤੇ। ਤੇ ਵੀ ਕਿਵੇਂ ਲੱਗੀ ਮੰਡੀ? ਮੰਡੀ ਬਹੁਤ ਚੰਗੀ, ਬਹੁਤ ਭਰੀ ਆ ਜੀ ਮੰਡੀ। ਬਹੁਤ ਭਰੀ ਆ ਜੀ, ਠੀਕ ਹੈ, ਵਧੀਆ ਮਾਹੌਲ ਹੈ। ਠੀਕ ਹੈ ਜੀ। ਤੇ ਬਾਪੂ ਜੀ ਕਿੰਨੇ ਜਾਨਵਰ ਲੈ ਕੇ ਆਏ ਮੰਡੀ ਚ? ਦੋ ਜਾਨਵਰ। ਤੇ ਵੀ ਫਾਰਮ ਤੇ ਕਿੰਨੇ ਕੁ ਰੱਖਦੇ ਹੋ ਘਰੇ? 8 ਹੋਰ ਆ ਘਰੇ। 8-9 ਰੱਖਦੇ ਹੋ? ਤੇ ਵੀ ਇਹ ਘੋੜੀਆਂ ਦਾ ਵੀ ਕੰਮ ਕਿੰਨੇ ਕੁ ਸਮੇਂ ਤੋਂ ਕਰਦੇ ਆ ਰਹੇ ਹੋ? ਜੀ 50 ਸਾਲ ਦੇ ਕਰਦੇ ਆ। 50 ਸਾਲ ਤੋਂ ਵੀ ਕਾਫੀ ਪੁਰਾਣਾ ਕੰਮ ਹੈ। 70 ਦੇ ਰੱਖਦੇ ਆ। ਠੀਕ ਹੈ, 80 ਸਾਲ ਦੀ ਉਮਰ ਆ ਮੇਰੀ। ਠੀਕ ਹੈ ਜੀ। ਅੱਛਾ, ਦੋ ਘੱਟ 80 ਤੋਂ ਆ। ਜਿਹੜੇ ਘਰੇ ਜੰਮੇ ਬ੍ਰੀਡਿੰਗ ਕਰਦੇ ਹੋ ਘੋੜਿਆਂ ਤੇ? ਤੇ ਬਾਪੂ ਜੀ ਇਹ ਘਰ ਚੋਂ ਸ਼ੌਂਕ ਤੁਹਾਨੂੰ ਹੀ ਆ ਕਿ ਕਿਸੇ ਹੋਰ ਨੂੰ ਵੀ ਆ? ਪੋਤਿਆਂ ਨੂੰ ਤੇ ਪੁੱਤ ਨੂੰ ਹੈਗਾ ਸ਼ੌਂਕ ਘੋੜਿਆਂ ਦਾ ਪੂਰਾ? ਸਾਡੇ ਮੁੰਡਿਆਂ ਨੂੰ ਬਹੁਤ ਸ਼ੌਂਕ ਆ ਜੀ। ਅਮਰੀਕਾ ਮੁੰਡਾ ਮੈਂ ਵੀ ਜਾਂਦਾ ਅਮਰੀਕਾ। ਅੱਛਾ ਜੀ, 16 ਦਾ। ਅੱਛਾ, ਉੱਥੇ ਮੁੰਡਾ ਕਰੂ ਪਾਪਾ ਤੈਨੂੰ ਇੱਥੇ ਲੈ ਦਿੰਦੇ 4 ਘੋੜੀਆਂ। ਅੱਛਾ, ਵੀ ਉਹਨਾਂ ਦੇ ਵੀ ਪੂਰੀ ਵੀ ਨਾਲ ਸਪੋਰਟ ਆ ਪੂਰੀ? ਇੱਥੇ ਬਣਾ ਦਿੰਦੇ ਫਾਰਮ ਜੀ। ਅੱਛਾ, ਤੇ ਉਹ ਫਿਰਦਾ ਕਿਤੇ ਲੈ ਕੇ 5-4 ਕਿੱਲੇ ਕਹਿੰਦੋ ਫੂਡ ਨਹੀਂ। ਅੱਛਾ 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 ਜੀ, ਉੱਥੇ ਨਾਲੇ ਘੋੜ ਕੇ ਰੱਖ ਲਾਂਗੇ ਆਪਾਂ। ਠੀਕ ਹੈ। ਮੈਂ ਕਿਹਾ ਤੂੰ ਰਹਿੰਦੇ ਇੱਥੇ ਠੀਕ ਆ ਜੀ? ਕੋਈ ਨਹੀਂ ਕਰ ਸਮਾਂ ਜੀ, ਮੈਂ 6 ਮਹੀਨੇ ਲਾ ਕੇ ਆਉਣਾ ਉੱਥੇ ਜੀ। ਹੁਣ 3 ਤਰੀਕ ਨੂੰ ਆਇਆ ਹੁਣ ਜੀ, ਪਹਿਲੇ ਮਹੀਨੇ ਦੀ ਨੂੰ ਜੀ, ਤੇ ਜੂਨ 'ਚ ਫਿਰ ਉੱਠ ਜਾਣਾ ਜੀ। ਬਾਪੂ ਵੀ ਘੋੜੀਆਂ ਆਪ ਹੀ ਸਾਂਭਦਾ ਘਰੇ ਕਿ ਬੰਦੇ ਰੱਖੇ ਹੋਏ ਆ? ਅਸੀਂ ਬੰਦੇ ਬੁੰਦੇ ਨਹੀਂ ਆਖਦੇ। ਅੱਛਾ, ਆਪ ਹੀ ਸਾਂਭਦਾ? ਅੱਛਾ, ਆਪ ਹੀ ਸਾਂਭਦਾ। ਤੇ ਬਾਪੂ ਵੀ ਇੱਥੇ ਮੰਡੀ 'ਚ ਕਿੰਨੇ ਕੁ ਜਾਨਵਰ ਲੈ ਕੇ ਆਏ? ਦੋ ਜਾਨਵਰ। ਅੱਛਾ, ਵੀ ਨੁਕਰੇ ਲੈ ਕੇ ਆਏ ਹੋ? ਨੁਕਰੇ। ਵੀ ਨੁਕਰਿਆਂ ਦੇ ਸ਼ੌਂਕੀ ਹੋ ਮਾਰਵਾੜੀ ਦੇ? ਵੇਖੋ, ਪਹਿਲਾਂ ਚੰਬੀਆਂ ਘੋੜੀਆਂ ਰੱਖੀਆਂ। ਅੱਛਾ, ਪਹਿਲਾਂ ਚੰਬੀਆਂ ਰੱਖੀਆਂ? ਚੰਬੀਆਂ ਤੋਂ ਲੈ ਫਿਰ ਨੁਕਰੇ ਬਣਾ ਲਏ ਜੀ। ਹੁਣ ਨੁਕਰੀਆਂ ਕਰਦੀਆਂ ਪਿਓਰ ਦੂਜਾ ਜੀ, 10-15 ਸਾਲ ਦੀਆਂ। ਅੱਛਾ, ਵੀ ਹੁਣ ਫੁੱਲ ਨੁਕਰੀਆਂ ਘੋੜੀਆਂ ਰੱਖੀਆਂ? ਅਸੀਂ 10-12 ਸਾਡੇ ਕੋਲ। ਅੱਛਾ, ਇੱਥੇ 8 ਘਰੇ ਖੜੇ ਆ। ਅੱਛਾ, 8 ਘਰੇ ਖੜੇ ਆ। ਹਾਂ, ਤੇ ਵੀ ਇਹ ਜਿਹੜੀ ਹੁਣ ਆਪਣੇ ਪਿੱਛੇ ਘੋੜੀ ਖੜੀ ਹੈ, ਘੋੜੀ ਬਛੇਰੀ ਆ? ਇਹ ਬਛੇਰੀ ਆ। ਇਹ ਬਛੇਰੀ ਆ, ਮਾੜਾ ਜਿਹਾ ਵੇਖੀ ਇਹਨੂੰ। ਅੱਛਾ, ਵੀ ਇਹ ਕਿਹੜੇ ਘੋੜੇ ਦੀ ਬਛੇਰੀ ਆ? ਇਹ ਮਿੰਟੂ ਵਾਲੇ ਘੋੜੇ ਦੀ। ਮਿੰਟੂ ਵਾਲੇ ਕਿਹੜੇ ਘੋੜੇ ਦੀ? ਬਲੰਦ ਸਮੁੰਦਰ ਦੀ। ਸਮੁੰਦਰ ਦੀ? ਅੱਛਾ, ਜਿਹੜਾ ਹੁਣ ਅਬਲੂ ਪਿੰਡ ਗਿਆ ਵਿਕ ਕੇ ਪਹਿਲਵਾਨਾਂ ਕੋਲੇ, ਸਮੁੰਦਰ ਦੀ ਆ? ਠੀਕ ਆ। ਤੇ ਬਾਪੂ ਉਮਰ ਕਿੰਨੀ ਬਛੇਰੀ ਦੀ? ਉਮਰੇ ਦੀ 6-3 ਸਾਲ, ਪਾਉਣੀ 4। ਅੱਛਾ, ਠੀਕ ਹੈ। ਤੇ ਹੁਣ ਇਹ ਵੀ ਖਾਲੀ ਹੈ ਗੱਬ ਇਸ ਵਕਤ? ਗੱਬੜਾ 6 ਮਹੀਨਿਆਂ ਦੀ। 6 ਮਹੀਨਿਆਂ ਦੀ? ਕਿਹੜੇ ਘੋੜੇ ਤੋਂ? ਇਹ ਸਾਡੇ ਕੋਲ ਆਪਦੇ ਕੋਲ ਘੋੜਾ ਬਹੁਤ ਚੰਗਾ। ਅੱਛਾ, ਆਪਦੇ ਕੋਲ, ਤੁਹਾਡੇ ਕੋਲ ਵੀ ਲੈਣ ਵਗੈਰਾ ਦਾ ਪਤਾ? ਹਾਂ, ਵੀ ਉਹ ਘੋੜਾ ਕਿਹੜੀ ਲੈਣ ਦਾ? ਉਹ ਘੋੜਾ ਮਿੰਟੂ ਵਾਲੀ ਲੈਣ ਦਾ ਹੀ। ਮਿੰਟੂ ਵਾਲੀ ਲੈਣ ਦਾ ਹੀ ਆ? ਠੀਕ ਆ, ਉਹ ਮਿੰਟੂ ਵਾਲੇ ਵੱਡੇ ਘੋੜੇ ਦਾ ਹੋਊਗਾ। ਆਹੋ। ਅੱਛਾ, ਤੇ ਇਹ ਵੀ ਅੱਖਾਂ ਤੋਂ ਬਿੱਲੀ ਹੈ, ਜੈ ਮੰਗਲ ਵੀ ਆਪਾਂ ਕਹਿ ਦਈਏ। ਠੀਕ ਹੈ। ਤੇ ਵੀ ਕੱਦ ਕਿੰਨਾ ਕਰ ਗਈ ਬਾਪੂ ਇਹ? ਕੱਦ ਹੈਗਾ ਜੀ 63-64। ਅੱਛਾ, 63-64 ਦੇ ਵੀ ਮਿਣਿਆ ਫੱਟੀ ਨਾਲ? ਅਸੀਂ ਨਹੀਂ ਮਿਣਦੇ। ਅੱਛਾ, ਮਿਣਿਆ ਨਹੀਂ, ਅੰਦਾਜ਼ਾ ਦੱਸ ਰਹੇ ਹੋ? ਯਾਰ ਜਿਹੜੇ ਬੰਦੇ ਨੂੰ ਕੱਦ ਦੀ ਤੱਕ ਹੀ ਨਹੀਂ। ਬਿਲਕੁਲ ਬਿਲਕੁਲ। ਤੇ ਮੈਂ ਕਹਿੰਦਾ ਨਹੀਂ, ਅੱਜ ਕੱਲ੍ਹ ਨਾ ਜਿਵੇਂ ਵੀ ਬਾਪੂ ਆਪਣੇ ਵੀ ਜਿਵੇਂ ਘੋੜੀਆਂ ਰੱਖਣ ਦੇ ਜਿਹੜੇ ਸ਼ੌਂਕੀ ਨਾ, ਵੀ ਕੱਦ ਵੱਲ ਬੜਾ ਧਿਆਨ ਦਿੰਦੇ ਆ ਉਹਨਾਂ ਦੇ, ਘੋੜੀਆਂ ਦੀ ਲੈਣ ਵੱਲ, ਖਾਨਦਾਨ ਵੱਲ, ਤੇ ਉਹਨਾਂ ਦੇ ਕੱਦ ਵੱਲ ਬੜਾ ਖਿੱਚ ਆ ਉਹਨਾਂ ਦੀ। ਤੇ ਇਸ ਕਰਕੇ ਤਾਂ ਲਾਜ਼ਮੀ ਪੁੱਛਣਾ ਵੀ ਕੱਦ ਕਿੰਨਾ ਆ। ਅੱਛਾ, ਵੀ 63-65 ਕੱਦ ਕਰ ਗਈ ਵੀ ਤੁਹਾਡੇ ਕਹਿਣ ਮੁਤਾਬਕ? ਠੀਕ ਆ, ਬਾਕੀ ਜਿਹਨੇ ਲੈਣੀ ਉਹ ਆਪ ਦੇਖ ਕੇ ਵੈਰੀਫਾਈ ਕਰ ਹੀ ਸਕਦਾ ਆ ਵੀ ਆਹ ਫੀਤਾ ਲਾ ਕੇ ਮਿਣ ਸਕਦਾ ਆ। ਅੱਛਾ, ਤੇ ਬਾਪੂ ਵੀ ਹੁਣ ਤੋਰੇ 'ਚ ਕਿਵੇਂ ਆ? ਚੜੇ ਨਹੀਂ, ਸਵਾਰੀ ਨਹੀਂ। ਅੱਛਾ, ਸਵਾਰੀ ਨਹੀਂ ਕਰੀ ਹਜੇ? ਚੜੇ ਨਹੀਂ। ਅੱਛਾ, ਸੁਭਾਅ 'ਚ ਠੀਕ ਆ? ਸੁਭਾਅ ਠੀਕ ਆ, ਬਹੁਤ ਠੀਕ ਆ। ਬਾਕੀ ਗਿੱਟੇ ਗੋਡਿਆਂ ਦੀ ਮਜ਼ਬੂਤ ਆ? ਠੀਕ ਗੱਲ, ਵੀ ਬੇਲ ਵੀ ਪੂਰੀ ਆ, ਬਾਡੀ ਚੰਗੀ ਆ, ਪਿੱਠ ਪੂੜਾ ਚੰਗਾ ਆ। ਠੀਕ ਆ, ਧੋਣ ਦੀ ਵੀ ਮਜ਼ਬੂਤੀ, ਗਰਦਨ ਦੀ। ਠੀਕ ਆ। ਤੇ ਬਾਪੂ ਵੀ ਕੀ ਮੁੱਲ ਕਰਦੇ ਆ ਵੀ ਲੈਣ ਦੇਣ, ਕੀ ਮੁੱਲ ਮਾੜੀ ਕੀ ਕਰਦੇ ਆ? ਮੁੱਲ ਭਾਜੀ 12 ਲੱਖ। ਅੱਛਾ, 12 ਲੱਖ ਰੁਪਏ। ਤੇ ਬਾਪੂ ਵੀ ਇੰਨਾ ਮੁੱਲ ਕਿਉਂ? ਵੀ ਜੇ ਕਿਸੇ ਆਮ ਬੰਦੇ ਨੇ ਲੈਣੀ ਹੋਵੇ, ਆਮ ਕਿਸਾਨ ਨੇ, ਤੇ ਉਹਦੇ ਤੇ ਵਾਸਤੇ ਤਾਂ ਇਹ ਬੰਬ ਫੁੱਟ ਗਿਆ। ਬੰਬ ਨਹੀਂ ਫੁੱਟਿਆ, ਕੋਈ ਦੋ ਪਹਿਲਾਂ ਥੋੜੀ ਦਰਮ ਲੈ ਦੇ। ਅੱਛਾ, ਅਸੀਂ ਵੀ ਪਹਿਲਾਂ ਲੱਖ ਆੜੀਆਂ, 50-50 ਜਿਲੇ ਕੀ ਕੰਮ ਚਲਾਇਆ। ਅੱਛਾ ਅੱਛਾ ਅੱਛਾ, ਵੀ ਇਹਦੇ 'ਚ ਵੀ ਅਸੀਂ ਕੀ ਖਾਸ ਗੱਲਬਾਤ ਹੈ ਜਾਂ ਖੂਬੀ ਆ ਵੀ ਜਿਹੜਾ ਤੁਸੀਂ ਇਹਦਾ 12 ਲੱਖ ਮੰਗਿਆ?
ਬਾਪੂ ਵੀ ਨਾ 12 ਲੱਖ ਮੰਗਿਆ ਤੇ ਛੱਡੋਗੇ ਕਿੱਥੋਂ ਤੱਕ ਜੇ ਕਿਸੇ ਨੇ ਲੈਣੀ ਹੋਵੇ ਜਾਗੇ ਕੁਝ ਕਰ ਦਿਆਂਗੇ ਤੇ ਕੋਈ ਲੱਖ ਤੋਂ ਲੱਖ ਮਾਨ ਤਾਂ ਅੱਛਾ ਵੀ ਕਰ ਲੋਗੇ ਮਾਨ ਤਾਂ ਮੇਰੇ ਨਾਲ ਕਾ ਅੱਛਾ ਜੇ ਨਹੀਂ ਤੂੰ 10 ਮੰਗਲਾ ਫੇਰ ਵੀ ਕਹਿਣਗੇ ਦੂਜਾ ਘੱਟ ਕਿੰਨੇ ਘੱਟ ਕਰੋਗੇ ਅੱਛਾ ਅੱਛਾ ਤੇ ਬਾਪੂ ਜਿਹੜੀ ਨਾਲ ਦੀ ਆ ਜਾਓ ਉਹ ਵੀ ਵੇਖ ਲੈਣੇ ਆ ਉਹਦੇ ਨਾਲ ਵੀ ਗੱਲ ਉਹਦੀ ਵੀ ਜਾਣਕਾਰੀ ਲੈਣੇ ਆ ਇਹਦੀ ਕਾਰਟ ਫਿਰ ਬਣਾ ਟਕਾ ਅੱਛਾ ਇਹ ਬਾਪੂ ਬਸ਼ੇਰੀ ਆ ਘੋੜੀ ਆ ਇਹ 5 ਸਾਲੀ ਆ ਅੱਛਾ ਇਹ 5 ਸਾਲੀ ਆ ਠੀਕ ਆ ਤੇ ਇਹ ਵੀ ਕੱਦ ਕਿੰਨਾ ਕਰ ਗਈ ਆ ਇਹਦਾ 63 ਇੰਚ ਕੱਦ ਆ ਇਹਦਾ 63 ਇੰਚ ਕੱਦ ਆ ਇਹ ਖਾਲੀ ਆ ਇਸ ਵਕਤ ਗੱਭ ਆ ਇਹ ਹੁਣ ਖਾਲੀ ਆ ਜੀ ਖਾਲੀ ਆ ਠੀਕ ਆ ਤੇ ਬਾਪੂ ਭਰਾਈਆਂ ਨਹੀਂ ਆਪ ਕਿ ਉਦਾਂ ਵੀ ਨਹੀਂ ਕਈ ਘੋੜੀ ਮਿਸ ਮਾਰ ਜਾਂਦੀ ਆ ਅੱਛਾ ਇਹ ਮਿਸ ਮਾਰ ਗਈ ਅੱਛਾ ਠੀਕ ਹੈ ਹੁਣ ਪਕੜ ਚੇਤ 'ਚ ਮਿਲਣਗੀਆਂ ਘੋੜੀਆਂ ਠੀਕ ਹੈ ਠੀਕ ਹੈ ਤੇ ਬਾਪੂ ਤੋਰੇ 'ਚ ਕਿਵੇਂ ਇਹ ਚੰਗੀ ਆ ਇਹ ਠੀਕ ਆ ਇਹ ਸਵਾਰੀ ਕਰਾਉਂਦੀ ਆ ਸਵਾਰੀ ਕਰਾਉਂਦੀ ਆ ਕਰ ਲਓ ਬਾਪੂ ਤੇ ਆ ਵੀ ਆਪਣੇ ਆ ਘੋੜੀ ਦਾ ਮੁੱਲ ਦੱਸਿਓ ਕੀ ਕਰਦੇ ਇਹਦਾ ਮੁੱਲ ਕੀ ਕਰਦੇ ਇਹਦਾ ਹਾਂਜੀ ਹਾਂਜੀ ਇਹਦਾ 4.5 ਅੱਛਾ ਇਹਦਾ 4.5 ਬਾਕੀ ਇਹ ਵੀ ਮੌਕੇ ਤੇ ਕਰ ਲਓਗੇ ਹੈ ਅੱਛਾ ਇਹ ਸਵਾਰੀ ਨੂੰ ਚੰਗੀ ਤੇ ਉਮਰ ਦੀ 5 ਸਾਲ ਦੱਸੀ ਸੀ ਠੀਕ ਆ ਬਾਕੀ ਖਾਲੀ ਆ ਇਹ ਕੱਦ 63 ਇੰਚ ਦਾ ਠੀਕ ਆ ਤੇ ਇਹ ਵੀ ਕਿਹੜੇ ਘੋੜ ਦੀ ਲਾਈਨ ਵਗੈਰਾ ਦਾ ਇਹ ਅਰਜਨ ਦੀ ਇਹ ਰੋਲੀ ਵਾਲੇ ਅਰਜਨ ਦੀ ਆ ਠੀਕ ਆ ਰੋਲੀ ਵਾਲੇ ਅਰਜਨ ਦੀ ਠੀਕ ਆ ਨੌਕਰੀ ਵੀ ਸਪੋਰਟ ਲੈ ਸਭੇ ਦਾਗ ਬਾਪੂ ਹਨਾ ਇਹਨਾਂ ਘੋੜੀਆਂ ਬਾਰੇ ਜੇ ਕੋਈ ਹੋਰ ਜਾਣਕਾਰੀ ਜੇ ਤੁਹਾਡੇ ਨਾਲ ਕਿਸੇ ਨੇ ਲੈਣੀ ਹੋਵੇ ਇਹਨਾਂ ਬਾਰੇ ਹੋਰ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਆਪਣਾ ਨੰਬਰ ਜ਼ਰੂਰ ਦੱਸਿਓ ਇੱਕ ਵਾਰ ਮੇਰਾ ਨੰਬਰ 94631 94631 74196 74196 ਠੀਕ ਆ ਵੀ ਜਿੰਨੇ ਵੀ ਘੋੜੀਆਂ ਲੈਣੀਆਂ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਤੁਹਾਡਾ ਠੀਕ ਆ ਬਾਪੂ ਜੀ ਧੰਨਵਾਦ ਤੇ ਮੰਡੀ 'ਚ ਕਦੋਂ ਤੱਕ ਹੋ ਤੁਸੀਂ ਮੰਡੀ 'ਚ ਸਵੇਰੇ ਜਾਵਾਂਗੇ ਸਵੇਰੇ ਜਾਵਾਂਗੇ ਤੇ ਫਾਰਮ ਆਪਣਾ ਕਿਹੜੀ ਜਗ੍ਹਾ ਤੇ ਆ ਪਿੰਡ ਰਣਸੀ ਖੁਰਦ ਪਿੰਡ ਰਣਸੀ ਖੁਰਦ ਪਿੰਡ ਨਿਹਾਲ ਸਿੰਘ ਵਾਲੇ ਕੋਲ ਨਿਹਾਲ ਸਿੰਘ ਵਾਲੇ ਕੋਲੇ ਵੀ ਮੋਗੇ ਜ਼ਿਲ੍ਹੇ ਦਾ ਪਿੰਡ ਠੀਕ ਆ ਬਾਪੂ ਜੀ ਧੰਨਵਾਦ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ